ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ, ਸਵਾਗਤ ਕੀਤਾ। ਹਾਂਜੀ ਹਾਂਜੀ ਦੇਖ ਲਓ ਮੁੰਡਾ ਤਾਂ ਸੋਹਣਾ, ਦਿਲ ਕਰਾ ਦੇ ਰਿਸ਼ਤਾ ਕਰਾ ਦਿੰਦੇ ਆ। ਸਿੱਖ ਜਥਾ ਇਨ ਪਾਕਿਸਤਾਨ, ਫੇਰ ਬੱਸਾਂ ਵਿੱਚ ਉਤਰ ਜਾਓ, ਚੜ ਜਾਓ, ਉਤਰ ਜਾਓ, ਚੜ ਜਾਓ, ਅੱਗੇ ਆ ਜੀ। ਓਕੇ ਬਾਏ ਬਾਏ, ਅਗਲੇ ਸਾਲ ਆਉਂਗੇ ਹੁਣ। ਹਾਂਜੀ 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 ਪੱਗ ਪਾਈ ਨੀ, ਪੱਗ ਬੰਨੀ ਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਨਾਲ ਸਾਰੇ ਤਿਆਰ ਆ ਬਈ, ਅੱਜ ਇੱਧਰ ਸਿੰਘਣੀ ਬਣਾਤੀ ਬਲੌਗਰ ਸਾਹਿਬ ਆ, ਪਿੱਛੇ ਭਾਪਾ ਜੀ, ਇੱਧਰ ਮਹਿਕ ਸਾਰੇ ਜਣੇ ਤਿਆਰ ਆ। ਅਤੇ ਹੁਣ ਅਸੀਂ ਚੱਲੇ ਕਰਤਾਰਪੁਰ ਸਾਹਿਬ ਤੋਂ, ਵੈਸੇ ਸ਼ਡਿਊਲ ਸਾਡਾ ਲੰਬਾ, ਇੱਥੋਂ ਹੁਣ ਬੱਸਾਂ 'ਚ ਜਾਣਾ, ਤੁਸੀਂ ਪਤਾ ਹੀ ਆ ਸਾਰਾ, ਹੁਣ ਉਹੀ ਕੰਟੀਨਿਊ ਬਲੌਗ ਆ ਰਹੇ, ਧਾਰਮਿਕ ਯਾਤਰਾ ਚੱਲ ਰਹੀ ਆ। ਅਤੇ ਜਿਹੜੇ ਅਗਲੇ ਬਲੌਗ ਆਉਣਗੇ ਆਪਣੇ ਲਾਹੌਰ ਵਾਲੇ, ਉਹ ਕੁਛ ਅਸੀਂ ਹੁਣ ਜ਼ਿਆਦਾ ਖਿੱਚਾਂਗੇ, ਘੈਂਟ ਘੈਂਟ ਬਣਾਵਾਂਗੇ, ਲਾਹੌਰ ਦੀ ਸੈਰ ਕਰਾਵਾਂਗੇ, ਲਾਹੌਰ ਜਾ ਕੇ ਸ਼ੋਪਿੰਗ ਕਰਾਂਗੇ। ਅਤੇ ਹੁਣ ਚੱਲੇ ਹਾਂ ਇੱਥੋਂ ਟ੍ਰੇਨ, ਟ੍ਰੇਨ ਦੇਖਦੇ ਰਹੋ ਵੀਡੀਓ, ਹੁਣ ਮੈਂ ਪਹਿਲਾਂ ਦੱਸਦਾ ਪਰ ਤੁਸੀਂ ਦੇਖਣਾ ਨਹੀਂ ਹੈਗਾ, ਅੱਗੇ ਦੇਖਦੇ ਰਹੋ। ਸਾਡਾ ਅੱਧ ਤੋਂ ਵੱਧ ਸਫ਼ਰ ਤਾਂ ਟ੍ਰੇਨਾਂ 'ਚ ਲੰਘ ਗਿਆ, ਮੂਵਿੰਗ 'ਚ, ਚੱਲ ਕੱਪੜੇ ਚੱਕ ਉੱਧਰ ਨੂੰ ਚੱਲ ਉੱਧਰ। ਅੱਜ ਵੈਦਰ ਬਹੁਤ ਸੋਹਣਾ ਹੋਇਆ ਹੈ, ਠੰਡਾ, ਵੈਸੇ ਸਾਡੇ ਕਿਸਾਨਾਂ ਵਾਸਤੇ ਠੀਕ ਨਹੀਂ ਹੈ ਵੈਦਰ, ਕਿਉਂਕਿ ਕਣਕਾਂ ਸਿਰ ਪਰ ਚੜੀਆਂ ਪਈਆਂ, ਉੱਪਰ ਦੇ ਮੌਸਮ ਰੱਬ ਡਰਾਈ ਜਾਂਦਾ, ਰੱਬਾ ਕਰ ਮਿਹਰ। ਸੰਗਤ ਨੂੰ ਤਿੰਨ ਪਾਟਾਂ 'ਚ ਵੰਡਿਆ ਹੋਇਆ, ਇੱਕ ਨੰਬਰ, ਦੋ ਨੰਬਰ, ਤਿੰਨ ਨੰਬਰ। ਦੋ ਨੰਬਰ ਇੱਕ ਨੰਬਰ ਵਾਲੇ ਜੀ? ਹਾਂਜੀ, ਤਿੰਨ ਵਾਲੇ ਤੁਸੀਂ, ਅਸੀਂ ਦੋ ਵਾਲੇ ਆ। ਹਾਂਜੀ ਹਾਂਜੀ ਆ ਜਾਓ, ਆ ਜਾਓ ਨਾਲੇ। ਹਾਂਜੀ 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 ਆ ਜਾਓ, ਅੱਗੇ ਆ ਜਾਓ ਮਹਾਰਾਜ। ਹਾਂਜੀ 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 ਸਾਰੀ ਸੰਗਤ ਦੇਖੋ ਤਾਂ ਪੂਰਾ ਭਰਿਆ ਪਿਆ ਤਾ, ਅਤੇ ਸਾਰਾ ਖਾਲੀ ਹੋ ਗਿਆ ਇੱਥੇ, ਸਿਰੇ ਰੱਖਣ ਸਾਰੀਆਂ ਸੰਗਤਾਂ ਖਾਲੀ ਹੋ ਗਈਆਂ। ਨਾ ਅਸੀਂ ਦੋ ਨੰਬਰ 'ਚ ਆਏ ਹਾਂ, ਸਾਡੀ ਆਹੀ ਲੜਾਈ ਚੱਲ ਰਹੀ, ਕਹਿੰਦੇ ਦੋ ਨੰਬਰ 'ਚ ਆਏ ਹਾਂ। ਅਤੇ ਦੇਖੋ ਮਹਾਰਾਜ ਨਾਲ ਪਿਆਰ ਸੰਗਤਾਂ ਆਪਣੇ, ਦੇਖੋ ਕਿੰਨੀਆਂ ਮੁਸ਼ਕਲ ਕਰਕੇ ਇੱਥੇ ਪਹੁੰਚਿਆ, ਸ਼ੁਕਰੀਆ ਤੁਹਾਡਾ, ਤੁਸੀਂ ਬਾਬੇ ਦੇ ਨਾਨਕ ਦੇ ਘਰ ਆਏ ਹਾਂ ਇੰਨੀ ਮਿਹਨਤਾਂ ਕਰਕੇ। ਹਾਂਜੀ 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 ਪੱਗ ਪਾਈ ਨੀ, ਪੱਗ ਬੰਨੀ ਆ। ਤਿੰਨ ਨੰਬਰ ਵਾਲੇ ਪਏ ਨੇ ਹਾਲੇ, ਸੰਗਤਾਂ ਵੇਟ ਕਰ ਰਹੀਆਂ ਆਪਣੀ ਟ੍ਰੇਨ ਦੀਆਂ, ਅੱਗੇ ਜਾ ਕੇ ਪਤਾ ਲੱਗੂਗਾ ਹੁਣ ਵੀ ਕਿਹੜੀ ਟ੍ਰੇਨ ਲੰਘ। ਮੈਂ ਦੋ ਨੰਬਰ ਦੀ ਤਿਆਰੀ ਹੋ ਗਈ ਆ, ਲਓ ਭਾਈ ਬਣਾ, ਹੁਣ ਬਣਾ, ਲਓ ਭਾਈ ਬਣਾ ਦਿੰਦੇ, ਬਣਾ ਦਿੰਦੇ ਸਾਨੂੰ। ਨਹੀਂ ਨਹੀਂ ਤੁਸੀਂ ਸਾਨੂੰ ਦੋ ਨੰਬਰ 'ਚ ਲੈ ਕੇ ਆਏ ਆ, ਥੋੜੀ ਗਲਤ ਗੱਲ ਹੈ। ਹਾਂ ਦੋ ਨੰਬਰ ਟ੍ਰੇਨ 'ਚ, ਹਾਂ ਨਹੀਂ ਦੋ ਨੰਬਰ ਟ੍ਰੇਨ 'ਚ ਲੈ ਕੇ ਆਏ ਆ, ਇਹ ਟ੍ਰੇਨ ਚੇਂਜ ਕਰਾਓ ਸਾਡੀ ਅਗਲੀ ਵਾਰੀ, ਇੱਕ ਨੰਬਰ ਜਾਣਾ, ਇਹਨਾਂ ਨੂੰ 10 ਨੰਬਰ ਲੈ ਜਾਈਏ, 2 ਨੰਬਰ ਠੀਕ ਨਹੀਂ। ਠੀਕ ਹੈ ਠੀਕ ਹੈ, ਲੰਬਾ ਸਫ਼ਰ ਆ ਅਤੇ ਖਾਣਾ ਛੱਕ, ਖਾਣਾ ਖਾ ਲਈਏ, ਉਹ ਬੱਲੇ ਮੁੜਿਓ, ਲੰਗਰ ਛੱਕ ਲਈਏ, ਖਾਣਾ ਨਹੀਂ ਖਾ ਲਈਏ, ਮੈਂ ਗਲਤ ਬੋਲ ਗਿਆ, ਲੰਗਰ ਛੱਕ ਲਈਏ। ਮੈਂ ਇੱਥੇ ਪੁੱਛਣ ਆਇਆ ਵੀ ਦੋ ਨੰਬਰ ਟ੍ਰੇਨ ਵਾਲੇ ਬੰਦੇ ਖੜ੍ਹੇ ਸਾਰੇ ਆ ਕਿ ਤਿੰਨ ਵਾਲੇ ਆ, ਪੁੱਛਦਾ ਇੱਥੇ ਮੈਂ ਸਾਰਿਆਂ ਨੂੰ, ਵੈਸੇ ਉਹ ਸਾਡੇ ਰਿਸ਼ਤੇਦਾਰ ਖੜ੍ਹੇ ਆ, ਦੋ ਨੰਬਰ ਵਾਲੀ ਆ।
ਪੁੱਛਦਾ ਮੈਂ ਜਾ ਕਦ ਖੋਲਦੇ ਇਹ। ਅੱਜ ਤਾਂ ਜੋ ਮੰਗਿਆ ਉਹੀ ਮਿਲਿਆ। ਮੈਂ ਕਿਹਾ ਮਹਾਰਾਜ ਜਾਂਦੇ ਜਾਂਦੇ ਦਰਸ਼ਨ ਕਰ ਚੱਲੇ, ਤੁਸੀਂ ਕਰੇ ਜੀ ਦਰਸ਼ਨ ਜੀ? ਬਸ ਠੀਕ ਹੈ ਜੀ, ਆਪਾਂ ਜੀ ਕਰਿਆ ਦਰਸ਼ਨ। ਮੈਂ ਸਾਰੀ ਫਿਰ ਇਨਫੋਰਮੇਸ਼ਨ ਲੈ ਕੇ ਆਇਆ। ਕਈ ਵਾਰ ਫਿਰ ਉਹ ਗੁੱਸਾ ਕਰਦੇ ਟ੍ਰੇਨ ਵਾਲੇ ਨਾ, ਫਿਰ ਜਿਹੜੇ ਅਫਸਰ ਲੱਗੇ ਡਿਊਟੀ ਜਿਹੜੇ 'ਤੇ ਲੱਗੀਆਂ ਹੋਈਆਂ, ਉਹ ਫਿਰ ਗੁੱਸਾ ਕਰਦੇ ਵੀ ਯਾਰ ਤੁਸੀਂ ਟਾਈਮ ਨਾਲ ਹੀ ਆਏ ਹੈਗੇ, ਪਰ ਹੁਣ ਇਹ ਟਾਈਮ 'ਤੇ ਲੇਟ ਆ। ਅਸੀਂ ਤਾਂ 8 ਵਜੇ ਇੱਥੇ ਪਹੁੰਚ ਗਏ ਪੂਰੇ, ਐਨ ਅਸੀਂ ਰੂਮ ਤੋਂ ਨਿਕਲੇ ਪੂਰੇ 8 ਵਜਣ ਨੂੰ 5 ਤੋਂ 10 ਮਿੰਟ ਰਹਿੰਦੇ ਤੇ, ਫਿਰ ਅਸੀਂ ਪਤਾ ਕੀਤਾ ਕਹਿੰਦੇ 8:30 ਚੱਲਣੀ ਹੈ, ਅਤੇ ਹੁਣ ਪਤਾ ਕਰਕੇ ਆ ਕਹਿੰਦੇ 9 ਵਜੇ ਚੱਲਣੀ ਹੈ। ਚਲੋ ਫਿਰ ਮੈਂ ਕਿਹਾ ਮਹਾਰਾਜ ਨੂੰ ਕਹਿੰਦੇ ਜਾਂਦੇ ਜਾਂਦੇ ਦਰਸ਼ਨ ਕਰ ਲਈਏ, ਅਤੇ ਹੁਣ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਅਤੇ ਫਿਰ ਚੱਲੇ ਪਾਉਂਦੇ ਉੱਥੋਂ। ਉੱਧਰ ਫੋਟੋ ਸੈਸ਼ਨ ਹੋ ਰਿਹਾ, ਦੇਖੋ ਜੀ ਫੋਟੋ ਖਿੱਚੋ। ਅਸੀਂ ਅੰਦਰ ਦਰਸ਼ਨ ਕਰਕੇ ਆ ਗਏ ਅਤੇ ਮਹਾਰਾਜ ਅੱਗੇ ਅਰਦਾਸਾਂ ਕੀਤੀਆਂ, ਖੁੱਲ੍ਹੇ ਦਰਸ਼ਨ ਦਿਦਾਰੇ ਸੰਗਤਾਂ ਨੂੰ ਬਖਸ਼ਿਓ। ਪਰ ਇਸ ਗੁਰਦੁਆਰਾ ਸਾਹਿਬ ਦਾ ਖੁੱਲ੍ਹੇ ਦਰਸ਼ਨ ਦਿਦਾਰੇ ਆਪਾਂ ਕਦੇ ਵੀ ਪੰਜਾਬ ਤੋਂ ਆ ਸਕਦੇ ਕਿ ਕੋਰੀਡੋਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਇਹ ਤਾਂ ਖੁੱਲ੍ਹੇ ਦਰਸ਼ਨ ਦਿਦਾਰੇ ਹੋ ਸਕਦੇ ਆ। ਜਿਹੜੇ ਬਾਕੀ ਗੁਰਧਾਮ ਹੈ ਪੰਜਾਬ ਸਾਹਿਬ, ਨਨਕਾਣਾ ਸਾਹਿਬ, ਵੀ ਮਹਾਰਾਜ ਇੱਦਾਂ ਦੀ ਕਿਰਪਾ ਕਰੋ ਉੱਥੇ ਵੀ ਸੰਗਤਾਂ ਜਾ ਕੇ ਦਰਸ਼ਨ ਕਰਨ। ਮੈਨੂੰ ਲੱਗਦਾ ਵੀ 2 ਨੰਬਰ ਰੌਲਾ ਕੂਕਾਂ 'ਚ ਪੈ ਗਈਆਂ, ਖਾਲੀ ਹੋ। ਚਲੋ ਮੈਂ ਮਾਰ ਹਾਂ। ਜਦੋਂ ਨਾ ਤੁਸੀਂ ਇੱਥੇ ਆਏ ਤਾਂ ਗੁਰਦੁਆਰਾ ਸਾਹਿਬ ਨਾ ਚਾਰੇ ਸਾਈਡ 'ਤੇ ਦੇਖਿਓ, ਤੁਹਾਨੂੰ ਇੱਕ ਸਾਈਡ ਨਾ ਐਂ ਲੱਗੂ ਬਿਲਡਿੰਗ ਥੋੜ੍ਹੀ ਜਿਹੀ ਐਂ ਉਹ ਹੈ, ਅਸੀਂ ਖੜ ਕੇ ਦੇਖੂਗੇ ਦੂਰ 'ਤੇ। ਇੱਥੇ ਤਾਂ ਹੁਣ ਤੁਹਾਨੂੰ ਸ਼ਾਇਦ ਕੈਮਰੇ 'ਚ ਨਾ ਲੱਗਦਾ ਹੋਵੇ, ਤੁਸੀਂ ਦੂਰ 'ਤੇ ਦੇਖੇ ਪਤਾ ਨਹੀਂ ਹੁਣ ਫਰਸ਼ ਦੀ ਐਂ ਢਲਾਣ ਕਰੀ ਹੋਈ ਆ, ਵੀ ਐਂ ਢਲਾਣ ਕਰੀ ਫਰਸ਼ ਦੀ ਵੀ ਐਂ ਜਾ ਰਿਹਾ, ਅਤੇ ਇੱਥੇ ਤਾਂ ਐਂ ਲੱਗਦਾ ਵੀ ਜਿੱਦਾਂ ਵੀ ਥੋੜ੍ਹਾ ਜਿਹਾ ਆਏ ਹਾਂ ਗੁਰਦੁਆਰਾ ਸਾਹਿਬ। ਇੱਕ ਵਾਰੀ ਪੂਰਾ ਵਿਊ ਲੈ ਲਈਏ ਆਪਾਂ ਅਤੇ ਦਰਬਾਰ ਸਾਹਿਬ ਦਾ, ਇੱਥੇ ਹੁਣ ਤੁਹਾਨੂੰ ਦਿਖ ਜੂਗਾ ਥੋੜ੍ਹਾ ਜਿਹਾ। ਅਤੇ ਮੈਂ ਕਹਾਂਗਾ ਪਾਣੀ ਦੀ ਬੋਤਲ ਭੁੱਲ ਲਿਆ ਸੀ ਅੰਦਰ, ਪਾਣੀ ਦੀ ਬੋਤਲ ਲਈ ਆ ਰਿਹਾ। ਇਹ ਪਾਣੀ ਦੀ ਬੋਤਲ ਇੱਥੋਂ ਅੰਦਰੋਂ ਮਿਲਦੀ ਹੈ, ਜਦੋਂ ਆਪਾਂ ਤੁਸੀਂ ਆਇਓ ਉੱਥੇ ਫ੍ਰੀ 'ਚ ਦਿੰਦੇ ਪਾਣੀ ਦੀ ਬੋਤਲ, ਜਿਹੜੀ ਫਿਲਟਰ ਕਰਕੇ ਦਿੰਦੇ ਅੰਦਰ ਤੇ ਇਹ। ਅਤੇ ਚੱਲੀਏ, ਮੇਰਾ ਬੈਗ ਉਹ ਪਿਆ ਉੱਧਰ, ਹਾਂ ਪਿਆ ਚੱਲੀਏ। ਇਹਨਾਂ ਨੇ ਪਤਾ ਨਹੀਂ ਬੈਗ ਕਿੱਧਰ ਰੱਖੇ ਹੋਣੇ। ਹੁਣ ਖੁੱਲ੍ਹ ਗਏ ਦਰਵਾਜ਼ੇ 2 ਨੰਬਰ ਵਾਲਿਆਂ ਵਾਸਤੇ, ਅਤੇ ਬਾਹਰ ਨਿਕਲੀਏ। ਬਾਹਰ ਬੱਸਾਂ ਆਉਣਗੀਆਂ ਅਤੇ ਸਿੱਧਾ ਜਾਣਗੇ। ਜਦੋਂ ਅਸੀਂ ਆਏ ਤਾਂ ਬਹੁਤ ਚੈਕਿੰਗ ਸੀ, ਹੁਣ ਸ਼ਾਇਦ ਸਿੱਧੇ ਹੀ ਬੱਸਾਂ 'ਚ ਬਿਠਾ ਲਈ ਜਾਣਾ ਇਹਨਾਂ ਨੇ, ਸਿੱਧੇ ਅੰਦਰ ਬਾਹਰ ਕੱਢੀ ਜਾਣਾ, ਹੁਣ ਕੋਈ ਚੈਕਿੰਗ ਨਹੀਂ ਹੋਣੀ ਹੈਗੀ, ਸਿੱਧਾ ਬਾਹਰ। ਉਹ ਇੱਥੇ ਆ ਗਿਆ, ਬੱਸਾਂ ਬਿਲਕੁਲ ਸਾਹਮਣੇ ਖੜ ਗਈਆਂ। ਜੇ ਕਿਸੇ ਨੇ ਬਲੌਗਰ ਬਣਨਾ ਹੋਵੇ ਨਾ, ਤਾਂ ਉਹ ਦੇਖੋ ਉੱਧਰ ਬਲੌਗਰ, ਕੋਈ ਉਹ ਨਹੀਂ ਹੈਗਾ, ਆਪਣੀ ਮਸਤ ਵੀਡੀਓ ਬਣਾਉਂਦੀ ਜਾ ਰਹੀ ਹੈ। ਅਤੇ ਇੱਦਾਂ ਸ਼ਰਮ ਚੱਕਣੀ ਪੈਂਦੀ ਵੀ ਲੋਕ ਕਿਆ ਕਹਿਣਗੇ, ਲੋਕ ਜੋ ਮਰਜ਼ੀ ਕਹਿਣਗੇ, ਅਸੀਂ ਤਾਂ ਬਲੌਗ ਬਣਾਉਣਾ। ਅਤੇ ਆਹ ਦੇਖ ਲੱਗ ਗਈ ਫਿਰ, ਅਤੇ ਆਹ ਦੇਖੋ ਇੱਥੇ ਲੱਗ ਜਾਣਾ ਜੀ। ਹੁਣ ਆ ਸੰਗਤ ਲੱਗ ਗਈ ਅਤੇ ਉਹ ਉੱਥੋਂ ਨਿਕਲ ਰਹੇ ਸਾਰੇ ਪਤਾ। ਹੁਣ ਮੈਂ ਕਿਹਾ ਪਾਸਪੋਰਟ ਦੇਖਣਗੇ, ਪਤਾ ਨਹੀਂ ਨਹੀਂ ਇਹਨਾਂ ਨੇ ਹੁਣ ਇੱਥੋਂ ਆਹ ਲੈ ਲੈਣਾ ਸਾਤੋਂ, ਆਹ ਦੇਖ ਕੇ ਨਾ, ਅਤੇ ਪਾਸਪੋਰਟ ਸ਼ਾਇਦ ਲੈਣ ਸ਼ਾਇਦ ਨਾ ਲੈਣ, ਹੁਣ ਅੱਗੇ ਜਾ ਕੇ ਪਤਾ ਲੱਗੂਗਾ। ਇੱਥੇ ਨਾ ਮੀਆਂ ਬੀਬੀ ਦੇ ਕਾਰਡ ਬਦਲ ਗਿਆ, ਉਸ ਵਿੱਚ ਫਿਰ ਉਹ ਭੈਣ ਜੀ ਵਾਪਸ ਆਏ, ਕਾਰਡ ਬਣਾ ਕੇ ਫੋਟੋ ਹੈ, ਫਿਰ ਕਾਰਡ ਫੜਿਆ ਅੱਗੇ ਉਹ ਜਿਹੜਾ ਹੁਣ ਮੇਰੇ ਵਾਲਾ ਕਾਰਡ, ਜਿੱਦਾਂ ਮੇਰੀ ਵਾਈਫ ਕੋਲ ਚਲੀ ਜਾਵੇ। ਹਾਂ ਮੈਂ 9 ਨੂੰ ਤਾਂ ਲਿਖਣੇ ਉਹਦੇ ਪਰ, ਉਹਦੇ ਹਾਂ ਇਹਦਾ ਉਹਦੇ ਪਰ ਰੱਖ ਦੇ ਮਸ਼ੀਨ 'ਚ ਪਰ ਜੀ, ਇਹਦੇ ਪਰ ਤੁਹਾਡੀ ਫੋਟੋ ਸਾਰਾ ਡਾਟਾ ਨਿਕਲਿਆ ਹੁੰਦਾ, ਹੋਰ ਕੁਛ ਇਕੱਲਾ ਪਾ ਅਸੀਂ ਦੇਖ ਲੈਣੇ ਅੱਗੇ। ਲਓ ਜੀ ਸੰਗਤ ਆਪਣੀ ਆਪਣੀਆਂ ਬੱਸਾਂ 'ਚ ਬੈਠ ਰਹੀਆਂ ਨੇ, ਦੇਖੋ ਕਿਹੜੀ ਬੱਸ 'ਚ ਬੈਠੀਏ, ਕਿਹੜੀ ਜਗ੍ਹਾ ਮਿਲਦੀ ਆ। ਇੱਥੇ ਲਾਈਨ ਲੱਗੀ ਹੋਈ ਆ 35 ਬੱਸਾਂ ਸਾਰੀਆਂ ਇਕੱਠੀਆਂ, ਫਿਰ ਪੁਲਿਸ ਵਾਲੇ ਨਾਲ ਜਾਣਗੇ ਇੱਧਰ ਦੇ, ਫਿਰ ਇੱਥੇ ਗੱਡੀਆਂ ਹੋਣਗੀਆਂ, ਫਿਰ ਇਕੱਠੀਆਂ ਬੱਸਾਂ ਤੋਰਦੇ ਇਹਨਾਂ ਨੇ ਪੂਰੀਆਂ ਭਾਂਡੇ, ਕਹਿੰਦੇ 35 ਬੱਸਾਂ 40 40 ਪੈ ਗਈ 40 ਸਾਰਿਆਂ ਨੂੰ, ਬੜੀ ਬੜੀ ਬੱਸਾਂ ਆਏ ਕੱਢੀਆਂ ਜਿੱਦਾਂ ਹੌਲੀ 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 ਹ
ਗਿਆ ਲਾਈਨ ਦੇ ਵਿੱਚ, ਉੱਧਰ ਪਿੱਛੇ ਵੀ ਹੋਣੀ, ਪਿੱਛੇ ਤੱਕ ਨੂੰ ਲਾਈਨ ਲੱਗੀ ਵੀ ਹੋਣੀ ਹੈ। ਉਹ ਪੱਠੇ ਲੈ ਗਿਆ ਉਹ ਤਾਂ ਸਾਹਮਣੇ, ਆਹ ਦੇਖੋ ਅਸੀਂ ਨਾ ਸਾਰੇ ਬੰਦੇ ਨੂੰ ਹੱਥਾਂ ਲਾਉਂਦੇ ਹਾਂ ਬਾਹਰ, ਅਤੇ ਉਹ ਸਾਨੂੰ ਸਮੈਲ ਦਿੰਦੇ ਸੀ, ਉਹਨੂੰ ਸਮੈਲ ਪਾਸ ਹੁੰਦੀ ਆ, ਬੜਾ ਚੰਗਾ ਲੱਗਦਾ। ਸਾਡੇ ਨਾਲ ਪੰਜਾਬੀ ਬੰਦੇ ਕੋਈ ਨਾ ਕੋਈ ਕਾਢ ਕੱਢੇ ਲੈਂਦੇ ਆ, ਡਰਾਈਵਰ ਵਾਲੀ ਸਾਈਡ ਨੂੰ ਪਾਰ ਨਿਕਲ ਗਏ। ਲੈ ਮਹਿਕ ਵੀ ਉੱਧਰ ਨੂੰ ਜਾਊਗਾ ਮੈਨੂੰ ਲੱਗਦਾ ਹੁਣ, ਸਾਰੇ ਯਾਤਰੀ ਹੁਣ ਉਤਰਨ ਲੱਗ ਗਏ ਪਿੱਛੇ। ਸਭ ਨੂੰ ਬਹੁਤ ਕਾਹਲੀ ਪੈ ਜਾਂਦੀ ਉਤਰਨ ਦੀ ਸਾਰਿਆਂ ਨੂੰ। ਚਲੋ ਆ ਜਾਓ, ਹਾਂਜੀ ਹਾਂਜੀ, ਕਹਿੰਦੇ ਭਾਈ ਪੂਰਾ ਸਮਾਨ ਚੈੱਕ ਕਰਕੇ ਫਿਰ ਥੱਲੇ ਉਤਰਿਓ। ਓਕੇ ਬਾਏ ਬਾਏ, ਅਗਲੇ ਸਾਲ ਆਉਂਗੇ ਹੁਣ। ਮੁੰਡੇ ਕਰ ਲਈ, ਮੁੰਡੇ ਬਣਾ ਲਈ ਮੁੰਡੇ। ਓਕੇ ਬਾਈ, ਓਕੇ, ਸਾਰੇ ਪਾਵਾਂਗੇ, ਸਾਰੇ ਪਾਵਾਂਗੇ ਸਰ। ਚਲੋ ਬੱਚੇ ਠੀਕ ਹੈ ਵੀਰ, ਠੀਕ ਠੀਕ ਹੈ। ਓਕੇ ਬਾਈ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਹਾਡੇ ਵਰਗੇ ਭਰਾ ਮਿਲ ਕੇ ਹੱਲਾ ਸ਼ੇਰੀ ਦਿੰਦੇ, ਫਿਰ ਹੋਰ ਜੀ ਕਰਦਾ ਵਧੀਆ ਵਧੀਆ ਬਣਾਈ। ਲੈ ਵੀ ਸੰਗਤਾਂ, ਜਿਹੜੀ ਜਿਹੜੀ ਸੰਗਤਾਂ ਨੇ ਮੇਰਾ ਵਲੌਗ ਦੇਖਿਆ, ਜਿੰਨੇ ਬੰਦੇ ਦੇਖਦੇ ਵਿੱਚ ਆਪਣੇ ਆਪਣੇ ਪਛਾਣ ਕੇ ਰਿਸ਼ਤੇਦਾਰ, ਕਮੈਂਟ ਜ਼ਰੂਰ ਕਰਿਓ, ਨਾਂ ਲਿਖ ਕੇ ਪਤਾ ਲੱਗੇ ਵੀ ਕਿਹੜੇ ਕਿਹੜੇ ਬੰਦੇ ਨੇ ਦੇਖ ਲਈ ਵੀਡੀਓ। ਇੱਕ ਸਾਹਮਣੇ ਦੀ ਬਣਾਉਂਦਾ ਸਾਰਿਆਂ ਦੀ, ਜਿਹਦੇ ਵਿੱਚ ਸਾਰੇ ਜਿੰਨੇ ਵੀ ਆਹ ਆਪਣੇ ਯਾਤਰੀ ਆਏ ਹੋਏ ਆ, ਬਾਬੇ ਨਾਨਕ, ਗੁਰੂ ਨਾਨਕ ਲੇਵਾ ਸੰਗਤ, ਅਤੇ ਸਾਰੇ ਦੇਖ ਕੇ ਕਮੈਂਟ ਜ਼ਰੂਰ ਕਰਿਓ। ਸਾਡੇ ਭਰਾ ਇੱਧਰ ਇੱਧਰ ਨੌਜਵਾਨਾਂ ਨਾਲ ਫੋਟੋ ਖਿਚਾਉਂਦੇ ਹੋਏ, ਅਤੇ ਉੱਧਰ ਖੜ੍ਹੇ ਇੱਧਰਲੇ ਨੌਰੋਵਾਲ ਵਾਲੇ ਬੰਦੇ ਇੱਧਰ ਦੇਖ ਰਹੇ ਸਾਡੇ ਵੱਲੋਂ, ਅਤੇ ਆਪਾਂ ਇਹਨੂੰ ਹੱਥ ਖੜ੍ਹੇ ਕਰਦੇ। ਠੀਕ ਆ ਬਾਈ, ਦੇਖਦੇ ਨੇ। ਓਕੇ ਬਾਈ, ਸੰਗਤਾਂ ਦੇ ਦਰਸ਼ਨ ਕਰਾ ਦੇ ਇੱਕ ਵਾਰੀ। ਆ ਜਾਓ ਵੀ, ਆ ਜਾਓ, ਆ ਜਾਓ, ਆ ਜਾਓ, ਆ ਜਾਓ, ਵੈਲਕਮ ਵੈਲਕਮ ਵੈਲਕਮ। ਲਓ ਜੀ ਵੀਰ ਜੀ, ਉਹਨੇ ਕਹਿੰਦੇ ਘਰ 'ਤੇ ਫੋਨ ਆਇਆ, ਕਹਿੰਦੇ ਵੀਡੀਓ 'ਚ ਤੁਸੀਂ ਨਹੀਂ ਦੇਖਿਆ। ਲਓ ਜੀ ਹੁਣ ਦੇਖ ਕੇ, ਠੀਕ ਹੈ, ਕਿਹੜਾ ਇਲਾਕਾ ਦਿੱਲੀ ਤੋਂ? ਘਰਦਿਆਂ ਨੂੰ, ਘਰ ਦੇ ਜਿਹੜੇ ਜਿਹੜੇ ਦੇਖਦੇ ਰਿਸ਼ਤੇਦਾਰ, ਜਿਹੜੇ ਜਿਹੜੇ ਰਿਸ਼ਤੇਦਾਰ, ਭਾਈ ਭੈਣ ਦੇਖਦੇ ਆ, ਸਤਿ ਸ਼੍ਰੀ ਅਕਾਲ। ਪਿੰਡ ਵਾਲੇ ਉੱਪਰ ਲੱਗ ਗਏ, ਕਿੱਧਰ ਕਰਦੇ, ਕਿੱਧਰ ਘਰ ਦੇ ਨਾਲ ਦੇ ਵਿੱਚ ਬੈਠ ਕੇ? ਠੀਕ ਹੈ ਵੀਰ ਜੀ, ਓਕੇ ਜੀ, ਮਿਲਦੇ ਹਾਂ ਅੱਗੇ ਫਿਰ। ਲਓ ਜੀ, ਚੱਲ ਪਈ ਟ੍ਰੇਨ, ਅਤੇ ਐਂ ਪੂਰੇ ਟਾਈਮ 9:30 ਕਿਹਾ, 9:30 ਚੱਲ ਪਈ ਇੱਥੇ, ਤੇ 9:30 ਚੱਲ ਪਈ, 9:30 ਮੈਂ ਕਿਹਾ ਦੇਖੀ ਪੂਰੇ ਟਾਈਮ ਨਾਲ ਤੋਰਤੀ ਇਹਨਾਂ ਨੇ, 10:30 ਸੋਰੀ 10:30 ਤੁਰ ਪਈ। ਇੰਡੀਆ 10 ਵੱਜ ਗਏ ਇੱਧਰ, ਇੰਡੀਆ 11 ਵੱਜ ਗਏ ਇੱਥੇ, ਸਾਡੇ ਅੱਧੇ ਘੰਟੇ ਦਾ ਫਰਕ ਹੈ। ਅਤੇ ਇਹ ਸਾਈਡ ਟ੍ਰੇਨ ਖੜ੍ਹੀ ਆ ਜਿਹੜੀ, ਮੈਂ ਇਹਦੇ ਅਗਲੀ ਹੋਣੀ ਹੈ, 3 ਨੰਬਰ ਟ੍ਰੇਨ ਹੋਣੀ ਹੈ ਇਹ। ਬੱਲੇ ਭਾਅ ਜੀ, ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੀ, ਬੜਾ ਤੁਸੀਂ, ਮੈਂ ਬੋਲਦਾ ਨਹੀਂ ਬੈਠਾ ਤੁਹਾਡਾ, ਬੋਲ ਬੋਲ ਕੇ
ਇਸ ਬਿਲਕੁਲ ਮੈਂ ਕਿਹਾ ਸਾਰੀ ਜ਼ਿੰਮੇਵਾਰੀ ਆ, ਅਨਾਊਂਸਮੈਂਟ ਕਰਦਾ ਰਹਿੰਦਾ। 2-3 ਨੰਬਰ ਜਿਹੜੀ ਚੱਲਣੀ ਟ੍ਰੇਨ ਸਟਾਰਟਿੰਗ ਸਾਨੂੰ ਮਿਲਿਆ ਤਾਂ ਵੀ ਕਹਿੰਦਾ ਥੋੜ੍ਹੀ ਲੇਟ ਜਾ ਰਹੀ ਹੈ। ਸ਼ੁਕਰੀਆ ਭਾਜੀ। ਇੱਥੇ ਕਾਫੀ ਲੋਕ ਖੜੇ ਨੇ। ਹਾਂ ਬਾਏ ਬਾਏ ਬਾਈ ਬਾਏ ਬਾਏ ਬਾਏ। ਮੈਂ ਨਾ ਨਨਕਾਣਾ ਸਾਹਿਬ ਤੋਂ ਖੀਰੇ ਲੱਤੇ ਤੇ, ਅਤੇ ਪਿਛਲੀ ਵਾਰ ਸਾਡੇ ਖਾਣੇ 'ਤੇ ਰਹਿ ਗਏ ਅਤੇ ਹੁਣ ਕੱਟਣ ਲੱਗੇ ਹਾਂ, ਹੁਣ ਖਾਣ ਲੱਗੇ ਹਾਂ। ਅਸਲ 'ਚ ਨਾ ਉੱਧਰ ਤੁਸੀਂ ਸੌਂਗੇ ਆਉਂਦੀ ਸਾਰੇ ਤੁਸੀਂ, ਪਰ ਜਿਹੜੇ ਕਹਿੰਦੇ ਥੱਕੇ ਹੋਏ ਫਿਰ ਨਹੀਂ ਕੱਟੇ ਨਹੀਂ ਹੈਗੇ। ਅਤੇ ਅੱਜ ਭਾਅ ਜੀ ਦਾ ਬਰਥਡੇ ਆ, ਬਹੁਤ ਮੁਬਾਰਕਾਂ ਹੋਣ ਜੀ ਤੁਹਾਨੂੰ। ਹਾਂ ਅੱਜ ਖੀਰੇ ਕੱਟ ਰਹੇ, ਕੇਕ ਤਾਂ ਕੱਟਣਾ ਨਹੀਂ ਹੈਗਾ। ਹੈਪੀ ਬਰਥਡੇ ਟੂ ਯੂ, ਕੇਕ ਨਾਲ ਹੈਪੀ ਬਰਥਡੇ। ਇੱਕ ਜਗ੍ਹਾ ਹੁਣ ਟ੍ਰੇਨ ਖੜ੍ਹੀ ਆ, ਇੱਥੋਂ ਨਾ ਇੰਜਣ ਪਿੱਛੇ ਲੱਗੂ ਘੁੰਮ ਕੇ, ਜਿੱਦਾਂ ਪਿਛਲੀ ਵੀਡੀਓ ਤੁਸੀਂ ਦੇਖੀ ਹੋਣੀ ਹੈ, ਅਤੇ ਅਗਲਾ ਪਿੱਛੇ ਲੱਗੂ ਇੱਧਰ ਅੱਗੇ ਆ, ਪਰ ਹੁਣ ਟ੍ਰੇਨ ਪਿੱਛੇ ਨੂੰ ਜਾਊਗੀ। ਐਂ ਦੀ ਆਉਂਦੀ ਸੀ, ਹੁਣ ਪਿੱਛੇ ਨੂੰ ਜਾਣੀ ਆ। ਸਾਰੇ ਇੱਥੇ ਖੜ੍ਹੇ ਨੇ, ਵਾਸੀ ਉਤਰੋ, ਆਪਣਾ ਸਮਾਨ ਜਿਹੜਾ ਬੈਗ ਵਗੈਰਾ ਉਹ ਇੱਥੇ ਛੱਡ ਜਾਣੇ ਨੇ। ਸਿਰਫ ਆਪਣੀ ਕੀਮਤੀ ਚੀਜ਼ ਜਿਵੇਂ ਪਾਸਪੋਰਟ, ਮੋਬਾਈਲ ਅਤੇ ਪੈਸੇ ਵਗੈਰਾ ਲੈ ਕੇ ਜਾਣੇ ਜੀ। ਸਿਰਫ ਤੁਹਾਡੇ ਅੱਗੇ ਬੇਨਤੀ ਹੈ, ਮੱਥਾ ਟੇਕ ਕੇ ਜਲ ਪੀ ਕੇ ਗੱਡੀਆਂ ਬਿਲਕੁਲ ਰੈਡੀ ਹੋਣਗੀਆਂ, ਜਲਦੀ ਵਾਪਸ ਆਉਣਾ ਹੈ ਜੀ। ਅਲੀ ਭਾਈ ਮੇਰੇ ਪਾਸ ਚਾਹ ਲੈ ਕੇ ਆਇਆ, ਮੇਰਾ ਭਾਈ ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਪੂਰਾ ਵੱਡਾ ਅਫਸਰ ਬਣਾ ਦੇਵੇ। ਸਾਰੀ ਜਿਹੜੀ ਇੱਥੇ ਰੇਲਵੇ ਪੁਲਿਸ ਤੁਹਾਡੇ ਥੱਲੇ ਕੰਮ ਕਰੇ। ਮੁਹੰਮਦ ਹਾਫਿਲ, ਹਾਂਜੀ, ਮੁਹੰਮਦ ਜ਼ਰੈਨ, ਮੁਹੰਮਦ ਜ਼ਰੈਨ, ਮੁਹੰਮਦ ਆਹਿਮ, ਮੁਹੰਮਦ ਆਹਿਮ। ਤੁਹਾਡਾ ਡੈਡੀ ਬੜਾ ਚੰਗਾ ਅਤੇ ਤੁਹਾਡੀ ਬਹੁਤ ਸੇਵਾ ਕੀਤੀ, ਆਪ ਬਹੁਤ ਚੰਗੇ ਹੋ ਜੀ। ਲਓ ਭਾਈ, ਇੱਕ ਤਾਂ ਬੰਦੇ ਨੇ ਚਾਹ ਦੀ ਸੇਵਾ ਲੁੱਟੀ, ਇਸ ਬੰਦੇ ਨੇ ਪਕੌੜੇ ਦੀ ਸੇਵਾ ਲੁੱਟ ਲਈ ਹੈ, ਗਰਮਾ ਗਰਮ ਪਕੌੜੇ। ਅਤੇ ਇੱਧਰ ਸਾਡੇ ਜਥੇਦਾਰ ਸਾਹਿਬ ਬੈਠੇ ਨੇ, ਜਿਹਨਾਂ ਸਭ ਤੋਂ ਵੱਡੀ ਸੇਵਾ ਲੁੱਟੀ ਆ। ਆਪਣਾ ਨੰਬਰ ਬੋਲ ਦਿਓ ਜੇ ਕਿਸੇ ਨੇ ਹੋਰ ਭਾਈ ਪਾਕਿਸਤਾਨ ਨਾਲ ਵੀਜ਼ਾ ਲਵਾ ਕੇ ਆਉਣਾ ਹੋਵੇ, ਕਿੰਨਾ ਨੰਬਰ ਹੈ ਜੀ? ਆਹੀ ਕਾਰਡੇ ਕਰ ਦਿਓ ਜੀ ਅੱਗੇ, ਬਸ ਆਹ ਨੰਬਰ ਲਿਖਿਆ ਹੋਇਆ 94-666-6661000, ਪੂਰਾ ਹੀ ਨੰਬਰ ਆ। ਇਸ ਨੰਬਰ ਪਰ ਸੰਪਰਕ ਕਰਕੇ ਜੇ ਬੰਦੇ ਨੇ ਕਿਸੇ ਨੇ ਪਾਕਿਸਤਾਨ ਆਉਣਾ ਹੋਵੇ ਜਥੇ ਵਿੱਚ ਤਾਂ ਫੋਨ ਕਰ ਲਿਓ। ਲਓ ਜੀ, ਅੱਜ ਸਾਡੇ ਪਾਕਿਸਤਾਨ ਭਰਾਵਾਂ ਨੇ ਬਹੁਤ ਪ੍ਰੇਮ ਲੁੱਟਿਆ, ਅੱਜ ਬਹੁਤ ਸੇਵਾ ਲੁੱਟ ਲਈ ਅੱਜ ਭਾਈ ਤੁਸੀਂ। ਹੁਣ ਪਰੌਂਠੇ ਆ ਗਏ, ਪਹਿਲਾਂ ਚਾਹ ਆ ਗਈ, ਵਿੱਚੇ ਪਕੌੜੇ ਆ ਗਏ, ਕਿਆ ਗਿਆ, ਠੰਡਾ ਵੀ ਆ ਗਿਆ ਪਿੱਛੇ। ਵਾਹ ਵੀ ਵਾਹ ਵਾਹ, ਠੰਡਾ ਪਿੱਛੇ ਤੇ ਪੀਓਗੇ ਫਿਰ। ਲਓ ਜੀ, ਅਸੀਂ ਪੁੱਜ ਗਏ ਤੇ ਇੱਧਰ ਦੇ ਭਰਾਵਾਂ ਨੇ ਹਾਰਾਂ ਨਾਲ ਸਵਾਗਤ ਕੀਤਾ ਸਾਰੇ ਭਰਾਵਾਂ ਦਾ, ਇੱਧਰ ਦਿਆਂ ਦਾ। ਹਾਂਜੀ ਹਾਂਜੀ ਹਾਂਜੀ, ਬਹੁਤ ਪ੍ਰੇਮ ਦੇ ਰਹੇ ਸਾਰੇ ਬੰਦੇ ਇੱਥੇ ਪਾਕਿਸਤਾਨ। ਹਾਂ ਹੋ ਗਿਆ ਸਵਾਗਤ ਹੈ। ਹਾਂਜੀ ਹਾਂਜੀ, ਕਿੱਦਾਂ ਲੱਗਿਆ ਤੁਹਾਨੂੰ? ਬਹੁਤ ਵਧੀਆ ਜੀ, ਸਾਨੂੰ ਵੀ ਪਾ ਦਿਓ ਕੋਈ ਹਾਰ। ਇਹੀ ਕੱਢ, ਇਹੀ ਪਾ ਦਿਓ, ਥੋੜਾ ਜ਼ਿਆਦਾ ਥੋੜਾ ਲੱਗ ਰਿਹਾ। ਬੀਬੀ ਨੂੰ ਬਾਨੂ ਪਾ ਦੇ, ਬੀਬੀ ਨੂੰ ਪਾ ਦੇ, ਬਾਨੂ ਪਾ ਦੇ, ਕਿੱਲੇ ਕਰੇ ਮੋਟੀ ਪਾ ਦੇ, ਲੋਗਾ ਹੁਣ ਕਿੱਲੇ ਨਹੀਂ ਕਰੇ। ਸ਼ੁਕਰੀਆ ਜੀ, ਸਾਨੂੰ ਵੀ ਦਿਓ। ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਵਾਗਤ ਕੀਤਾ। ਹਾਂਜੀ ਹਾਂਜੀ, ਚਲੋ ਤੁਸੀਂ ਦੱਸ ਜਾਣਾ, ਭਾਜੀ ਹੋਰ ਨਾ ਦੇ ਦਿਓ।
ਚਲੋ ਜੀ ਸ਼ੁਕਰੀਆ ਸ਼ੁਕਰੀਆ ਹਾਂਜੀ ਹਾਂਜੀ ਲਓ ਜੀ ਵੀਰੂ ਨੀ ਕਹਿ ਰਹੇ ਨੇ ਵੀ ਪਰਲੇ ਪਾਸੇ ਬੱਸਾਂ ਖੜੀਆਂ ਜੀ ਜੀ ਦੂਸਰੀ ਤਰਫ ਬੱਸਾਂ ਖੜੀਆਂ ਜੀ ਦੂਸਰੀ ਸਾਈਡ ਕਿੰਨਾ ਟਾਈਮ ਆਲਰੇਡੀ ਦੇ ਤੁਸੀਂ ਜਿਹੜਾ ਨਾ 10 ਮਿੰਟ ਦੀ ਡਰਾਈਵ ਹੈ 10 ਮਿੰਟ ਚ ਉੱਥੇ ਤੁਸੀਂ ਪਹੁੰਚ ਜਾਣਾ ਠੀਕ ਹੈ ਠੀਕ ਸ਼ੁਕਰੀਆ 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 ਆਜੋ ਵੀ ਆਜੋ ਭਾਜੀ ਬਣ ਫੜ ਦਿੰਦੇ ਨਾਲ ਜਿਹੜਾ ਨਾ ਬੱਸਿਸ ਖੜੀਆਂ ਨੇ ਉੱਥੋਂ ਬਿਠਾ ਕੇ ਤੇ 5 ਕਿਲੋਮੀਟਰ ਦਰਬਾਰ ਫਿਰ ਬੱਸਾਂ ਵਿੱਚ ਉਤਰ ਜਾਓ ਚੜ੍ਹ ਜਾਓ ਉਤਰ ਜਾਓ ਚੜ੍ਹ ਜਾਓ ਅੱਗੇ ਆ ਜੀ ਚੜ੍ਹ ਜਾਓ ਉਤਰ ਜਾਓ ਚੜ੍ਹ ਜਾਓ ਉਤਰ ਜਾਓ ਆਜੋ ਜੀ ਆਜੋ ਆਜੋ ਜੀ ਆਜੋ ਵੀਰੋ ਨੀ ਕਹਿ ਰਹੇ ਆ ਵੀ ਕਿੱਦਾਂ ਰਹੀ ਜਾਨੀ ਮੈਨੂੰ ਮੈਂ ਕਿਹਾ ਚੜ੍ਹ ਜਾਓ ਉਤਰ ਜਾਓ ਚੜ੍ਹ ਜਾਓ ਉਤਰ ਜਾਓ ਆਈ ਹੋਇਆ ਹੋਇਆ ਹਾਂ ਹਾਂ ਪਿੱਛੇ ਬਠਿੰਡੇ ਵਾਲੀ ਸਿੰਘਣੀ ਬੈਠੀ ਆ ਪੂਰੀ ਸਕਿਉਰਿਟੀ ਇੱਧਰ ਵੀ ਲੱਗੇ ਗੱਡੀਆਂ ਪੁਲਿਸ ਵਾਲੀਆਂ ਖੜੀਆਂ ਸਾਹਮਣੇ ਉਹ ਵੀ ਪੂਰਾ ਯਾਤਰੀ ਦਾ ਖਿਆਲ ਰੱਖਿਆ ਗਿਆ ਕੋਈ ਤੱਤੀ ਬਹੁ ਨਾ ਲੱਗੇ ਗੱਡੀ ਸਟਾਰਟ ਕਰਦੇ ਇੱਧਰ ਹੁਣ ਥੋੜਾ ਥੋੜਾ ਤੋੜ ਤੋੜ ਕੇ ਸਿੱਧੀ ਚੱਲ ਬਸ ਪਿਆਰ ਦੇ ਨਾਲ ਤੋੜੋ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਤੋੜ ਕੇ ਨਾ ਇੱਕ ਇੱਕ ਫੁੱਲ ਜਿਹੜੇ ਇੱਕ ਨੰਬਰ ਟ੍ਰੇਨ 'ਚ ਆਏ ਤੇ ਬੰਦੇ ਉਹ ਖੜੇ ਸਾਰੇ ਆਹ ਇਹ ਹੁਣ ਜਾਣਗੇ ਤੇ ਅਸੀਂ ਦਰਸ਼ਨ ਕਰਾਂਗੇ ਬਸ 'ਚ ਉਤਰਿਆ ਐਵੇਂ ਗੁਰਦੁਆਰਾ ਰੋੜੀ ਸਾਹਿਬ ਅਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਸਾਹਮਣੇ ਵੈਸੇ ਹਵੇਲੀ ਟਾਈਪ ਬਣਿਆ ਦੇਖ ਦੇ ਅੱਗੇ ਜਾ ਕੇ ਜਿੱਦਾਂ ਲੱਕੜ ਉਹ ਲਾਈਆਂ ਹੁੰਦੀਆਂ ਅੱਗੇ ਜਾ ਕੇ ਚੱਲਦੇ ਗੁਰਦੁਆਰਾ ਸਾਹਿਬ ਦੇਖਦੇ ਹਾਂ ਕਹਿੰਦੇ ਇੱਥੇ ਮਰ ਦਾ ਪ੍ਰਕਾਸ਼ ਨਹੀਂ ਹੈਗਾ ਬਾਕੀ ਦੇਖਦੇ ਜਾ ਕੇ ਸੰਗਤ ਦਾ ਪਤਾ ਲੱਗੂ ਦੇਖੋ ਫਿਰ ਪੈਂਦੀ ਆ ਸਿੰਘਾਂ ਦੀ ਧੱਕ ਚਾਰੇ ਪਾਸੇ ਸਿੰਘੇ ਸਿੰਘ ਸ਼ੁਕਰੀਆ 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 ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਇੱਜ਼ਤ ਮਾਣ ਦਿੱਤਾ ਸਾਰਿਆਂ ਨੇ ਬਹੁਤ ਸੋਹਣਾ ਜਿਹੜੀ ਦਰਸ਼ਨੀ ਡੂੜੀ ਹੈ ਅਤੇ ਉਹ ਪੱਥਰ ਕੱਟ ਕੱਟ ਕੇ ਬਹੁਤ ਸੋਹਣਾ ਲਿਖਿਆ ਹੋਇਆ ਇੱਥੇ ਆਹ ਗੁਰਦੁਆਰਾ ਰੋੜੀ ਸਾਹਿਬ ਇਹਨਾਂ ਪੱਥਰ ਨਹੀਂ ਇੱਟਾਂ ਵੀ ਕੱਟ ਕੱਟ ਕੇ ਬਣਾਇਆ ਹੋਇਆ ਅਤੇ ਉਹਦੇ ਕੋਲ ਹਰੇਕ ਅੱਕ ਹਾਰ ਹਰੋ ਕਰ ਹੁਣ ਸਮਝ ਲਿਆ ਕਿਆ ਲਿਖਿਆ ਬਣਾਇਆ ਇਹਨਾਂ ਨੇ ਅਤੇ ਹਾਂ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਅਤੇ ਫੁੱਲਾਂ ਦੀ ਵਰਖਾ ਹੋ ਜਾਣੀ ਆਪਣੇ ਜਦੋਂ ਜੋ ਪਹਿਲੇ ਸਿੰਘ ਆਏ ਹੁਣ ਪਹਿਲਾ ਜਥਾ ਆਇਆ ਹੁਣ ਇੱਥੇ ਅਤੇ ਉਹ ਇੱਧਰ ਨੂੰ ਜਾਂਦੇ ਤਾਂ ਉੱਧਰ ਨੂੰ ਸੰਗਤ ਬਾਹਰ ਨਿਕਲੀ ਜਾਂਦੀ ਆ ਜਾ ਕੇ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਆਪਾਂ ਵੀ ਹਾਂ ਸੰਗਤਾਂ ਲੱਗੀਆਂ ਹੋਈ ਜੀ ਲਾਈਨ ਦੇ ਵਿੱਚ
ਤੇ ਦਰਸ਼ਨ ਕਰਨ ਵਾਸਤੇ ਸਾਰੀਆਂ ਸੰਗਤਾਂ ਦੇਖੋ ਲਾਈਨ 'ਚ ਲੱਗੀਆਂ ਹੋਈਆਂ ਨੇ। ਇਹ ਉਹ ਸਥਾਨ ਹੈ ਜਿੱਥੇ ਮਲਕ ਭਾਗੋ ਅਤੇ ਭਾਈ ਲਾਲੋ ਜੀ ਦੇ ਇੱਥੇ ਠਹਿਰੇ ਸੀ, ਜਿੱਥੇ ਤੁਸੀਂ ਫੋਟੋ ਦੇਖਦੇ ਹੋ, ਇੱਕ ਰੋਟੀ 'ਚੋਂ ਦੁੱਧ ਨਿਕਲਿਆ ਅਤੇ ਇੱਕ ਰੋਟੀ 'ਚੋਂ ਖੂਨ ਨਿਕਲਿਆ। ਉਹ ਇਹ ਉਹ ਸਥਾਨ ਹੈ ਜਿੱਥੇ ਮਹਾਰਾਜ ਨੇ ਸੱਚ ਦਾ ਉਪਦੇਸ਼ ਦਿੱਤਾ ਸੀ ਉਹ ਦਾਸੀਆਂ ਦੇ ਸਮੇਂ, ਮਲਕ ਭਾਗੋ ਅਤੇ ਭਾਈ ਲਾਲੋ ਦੇ ਉਹ ਰਿਹਾਇਸ਼ ਹੈ ਜੇ ਤੁਸੀਂ ਫੋਟੋ 'ਚ ਦੇਖਦੇ ਹੋਵੇ। ਜਦੋਂ ਮੈਂ ਇਸ ਸਾਈਡ ਗੁਰਦੁਆਰਾ ਸਾਹਿਬ ਹੈ ਅਤੇ ਇਸ ਸਾਈਡ ਸਰੋਵਰ ਹੈ, ਕੁਝ ਸੰਗਤਾਂ ਇੱਥੇ ਇਸ਼ਨਾਨ ਕਰ ਰਹੀਆਂ ਨੇ, ਮੈਂ ਤੁਹਾਨੂੰ ਦਿਖਾਉਂਦਾ ਮੈਂ ਅਤੇ ਹਵਾ ਚੱਲ ਰਹੀ ਹੈ, ਸੋਰੀ ਬਾਈ। ਅਤੇ ਬਹੁਤ ਸੰਗਤਾਂ ਵਿੱਚ ਜਾ ਕੇ ਆਪਣੇ ਉਹ ਇੱਕ ਸਿੰਘ ਬੈਠਾ ਇਸ਼ਨਾਨ ਕਰ ਰਹੇ। ਹਾਂ ਵੀਰੋਂ ਨਹੀਂ ਮਿਲੇ ਆ ਅਤੇ ਵੀਡੀਓ ਦੇਖਦੇ ਨੇ। ਇਸ ਭੈਣ ਦਾ ਆਪਣਾ ਨਨਕਾਣਾ ਸਾਹਿਬ ਪਰਸ ਖੋ ਗਿਆ ਸੀ, ਚਲੋ ਮਿਲ ਗਿਆ ਮਰ ਦੀ ਕਿਰਪਾ ਨਾਲ ਉੱਥੇ, ਅਤੇ ਭੈਣ ਬਹੁਤ ਟੈਨਸ਼ਨ 'ਚ ਉਸ ਟਾਈਮ, ਪਰ ਮੈਂ ਫਿਰ ਦਫ਼ਤਰ ਆਪਾਂ ਮਿਲੇ ਤੇ ਉੱਥੇ ਵੀਡੀਓ ਬਣਾਈ ਦੀ ਫਿਰ ਅਸੀਂ, ਤਾਂ ਫਿਰ ਉਹ ਦੂਜੇ ਚੈਨਲ ਪਾਈ ਆਪਣੇ ਮੇਰੇ ਵਾਲੇ ਪੰਨੀ ਦੀ ਹੈਗੀ ਉਹ। ਹਾਂਜੀ ਹਾਂਜੀ ਚਲੋ ਸ਼ੁਕਰੀਆ ਵੀਰੇ ਬਹੁਤ ਬਹੁਤ। ਹਾਂਜੀ ਹਾਂਜੀ ਸਾਡਾ ਕਹਿੰਦਾ ਉਹ ਰੱਬ ਦਾ ਸ਼ੁਕਰੀਆ ਕਰੋ ਜੀ। ਬਹੁਤ ਸੋਹਣਾ ਡੱਬਾ ਜੀ ਖਾਣਾ ਪੈਕ ਕੀਤਾ ਹੋਇਆ, ਇੱਕ ਇੱਕ ਚੀਜ਼ ਦਾ ਖਿਆਲ ਰੱਖਿਆ, ਰਾਈਸ ਚੌਲ ਲੰਗਰ ਅਸੀਂ ਛੱਕ ਲਿਆ ਅਤੇ ਹੁਣ ਕਰਦੇ ਹਾਂ ਦਰਸ਼ਨ ਅੰਦਰਲੇ ਪਾਸੇ, ਤੁਹਾਨੂੰ ਦਿਖਾਉਂਦਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਅਤੇ ਇੱਥੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ। ਇੱਥੇ ਦੋ ਸਥਾਨ ਬਣੇ ਹੋਏ ਆ, ਇੱਕ ਇਹ ਸਾਈਡ ਹੈ ਜੀ, ਇੱਕ ਇਹ ਸਾਈਡ, ਦੋਨੋਂ ਸਾਈਡ ਸੰਗਤਾਂ ਦਰਸ਼ਨ ਕਰਦੀਆਂ ਹੋਈਆਂ। इसी के साथ साथ जो इंडिया भर से सिख यात्री आ रहे हैं, उसी तरह मुल्क भर से भी सिख यात्रियों की कसीर तादाद जो है वो पाकिस्तान आना शुरू हो जाती है। आज सिख यात्रियों की एक ट्रेन जो पाकिस्तान में पहली दफ़ा जो आई है, पहला दफा इतने जी पाकिस्तानी गवर्नमेंट का बहुत धन्यवाद करा जी, सिखा जी इन फैसिलिटियां दी इतने, ਸਾਨੂੰ ਐਂ ਫੀਲ ਹੋਇਆ ਵੀ ਜਿੱਦਾਂ ਅਸੀਂ ਕੋਈ ਵੀ ਆਈ ਪੀ ਹੈ ਇੱਥੇ ਆਏ ਹੁੰਦੇ ਆ। ਇੰਨਾ ਇੰਤਜ਼ਾਮ ਚਾਰੇ ਪਾਸੇ ਕੀਤਾ ਪੁਲਿਸ ਦਾ, ਸਾਨੂੰ ਇੱਕ ਵੀ ਜਿੱਦਾਂ ਮੈਂ ਇੱਥੇ ਪੁਲਿਸ ਨਾਲ ਗੱਲਬਾਤ ਕਹਿੰਦੇ ਵੀ ਤੁਹਾਨੂੰ ਕੋਈ ਅਪਰੋਚ ਵੀ ਨਹੀਂ ਹੋਣੀ ਚਾਹੀਦੀ ਜਿੰਨੇ ਸਿੱਖ ਭਰਾ ਇੱਥੇ ਆਏ ਹੋਏ ਆ, ਅਤੇ ਬੜਾ ਧੰਨਵਾਦ ਆਪਣਾ ਗੌਰਮੈਂਟ ਦਾ, ਹੋਰ ਜਿਹੜੇ ਇੱਥੇ ਬੰਦੇ ਭਰਾ ਤੁਸੀਂ ਮਿਲਦੇ ਆ ਅਤੇ ਨਿਊਜ਼ ਤੁਸੀਂ ਪੂਰੇ ਵਰਲਡ 'ਚ ਲੈ ਕੇ ਜਾਣੀ ਆ। ਮੈਂ ਤਾਂ ਇਹੀ ਕਹੂੰਗਾ ਵੀ ਪਾਕਿਸਤਾਨੀਆਂ ਨੇ ਇੱਥੇ ਬਹੁਤ ਸਾਡਾ ਸਵਾਗਤ ਬੜੇ ਖੁਸ਼ੀ ਦੇ ਨਾਲ ਕੀਤਾ ਸਾਰਿਆਂ ਨੇ। ਅੱਛਾ ਕੋਈ ਕਿਸੇ ਜਗ੍ਹਾ 'ਤੇ ਕੋਈ ਮੁਸ਼ਕਲ ਕੋਈ ਪੇਸ਼ ਆਈ ਹੋ? ਕੋਈ ਮੁਸ਼ਕਲ ਨਹੀਂ ਆਈ ਹੈਗੀ। ਆਪ ਪਹਿਲੀ ਦਫਾ ਪਾਕਿਸਤਾਨ? ਹਾਂ ਵੈਸੇ ਕਰਤਾਰਪੁਰ ਤਾਂ ਮੈਂ ਕਰਤਾਰਪੁਰ ਸਾਹਿਬ ਤਾਂ ਮੈਂ ਚਾਰ ਤੋਂ 5 ਵਾਰੀ ਦਫਾ ਆ ਚੁੱਕਿਆ, ਜਿਹੜਾ ਆਪਣਾ ਕੋਰੀਡੋਰ। ਜੀ ਜੀ ਕੋਰੀਡੋਰ। ਅਤੇ ਹੁਣ ਜਿਹੜਾ ਵੀਜ਼ਾ ਲੈ ਕੇ ਆਇਆ, ਜਿਹੜੇ ਹੁਣ ਆਪਣਾ ਵੀਜ਼ਾ ਮਿਲਿਆ ਆਪਾਂ ਗੁਰਧਾਮਾਂ ਦੇ ਦਰਸ਼ਨ, ਹਾਂ ਗੁਰਧਾਮਾਂ ਦੇ ਦਰਸ਼ਨ ਵਾਸਤੇ ਵਾਹਗਾ ਬਾਰਡਰ ਤੋਂ ਲੈ ਕੇ ਇੱਥੇ ਤੱਕ ਆਪਣਾ ਗੁਰਦੁਆਰਾ ਰੋੜੀ ਸਾਹਿਬ ਤੱਕ ਕੋਈ ਦਿੱਕਤ ਨਹੀਂ ਆਈ ਹੈਗੀ। ਜਿੱਥੋਂ ਅਸੀਂ ਬੱਸਾਂ 'ਚ ਚੜ੍ਹਦੇ ਹਾਂ ਅਤੇ ਫਿਰ ਟ੍ਰੇਨਾਂ 'ਚ ਫਿਰ ਇੱਥੇ ਫਿਰ ਪੂਰਾ ਇੰਤਜ਼ਾਮ, ਲੰਗਰ ਦਾ ਕੋਈ ਦਿੱਕਤ ਨਹੀਂ, ਬਹੁਤ ਵਧੀਆ ਲੱਗਿਆ। ਜਿਹੜੇ ਅਸਲ ਪਿਆਰ ਕਰਦੇ ਆ ਨਾ, ਸਾਇਲੈਂਟ ਇੱਥੇ ਮੈਂ ਕੁਲਜੀਤ ਸਿੰਘ ਦੇਖੇ ਆ ਜਿਹੜੇ ਚੁੱਪ ਬੈਠੇ, ਕੋਈ ਸ਼ਿਕਾਇਤ ਨਹੀਂ ਕਰਦੇ ਹੈਗੇ, ਬਸ ਉਹਦੇ ਰੰਗ 'ਚ ਭਿੱਜੇ ਪਏ ਬਾਬੇ ਨਾਨਕ ਦੇ। ਮੈਂ ਬਹੁਤ ਸਿੰਘ ਇੱਦਾਂ ਦੇਖੇ ਆ ਚੁੱਪ ਸਾਇਲੈਂਟ, ਕੁਛ ਤਾਂ ਇੰਨਾ ਹੱਲਾ ਗੁੱਲਾ ਕਰ ਰਿਹਾ ਨਾ, ਸਾਨੂੰ ਆਹ ਨਹੀਂ, ਸਾਨੂੰ ਉਹ ਨਹੀਂ, ਸਾਨੂੰ ਬਾਹ ਨਹੀਂ, ਫਲਾਣਾ ਨਹੀਂ, ਧਮਕਾਣਾ ਨਹੀਂ। ਮੈਂ ਬਹੁਤ ਪਿਛਲੀ ਵੀਡੀਓ 'ਚ ਵੀ ਕਿਹਾ, ਮੈਂ ਹੁਣ ਵੀ ਕਹਿੰਦਾ ਵੀ ਜੇ ਇੱਥੇ ਆਉਣਾ ਨਾ ਤਾਂ ਆਪਣੀ ਅਮੀਰੀ ਭਾਈ ਘਰਾਂ ਛੱਡ ਕੇ ਆਇਆ ਕਰੋ, ਇੱਥੇ ਆਇਆ ਕਰੋ ਨਵਾਣੇ ਜੇ ਬਣ ਕੇ, ਗਰੀਬ ਜੇ ਬਣ ਕੇ, ਵੀ ਇੱਥੇ ਸਾਨੂੰ ਧਰਤੀ ਪਰ ਵੀ ਪੈਣਾ ਪੈ ਸਕਦਾ, ਕਿਤੇ ਵੀ ਜਗ੍ਹਾ ਮਿਲੀ ਉੱਥੇ ਪੈਣਾ ਪੈ ਸਕਦਾ। ਕੋਈ ਰੌਲਾ ਪਾਉਂਦੇ ਸਾਨੂੰ ਆਹ ਨਹੀਂ ਹੈ, ਸਾਨੂੰ ਬੋਹ ਨਹੀਂ ਹੈ, ਇਹੋ ਜਿਹੇ ਸਿੰਘ ਕੋਈ ਕੋਈ ਉਹ ਹੈ। ਹਾਂ
ਇੱਦਾਂ ਦੇਖਿਆ ਵੀ ਕੁਝ ਬਾਬੇ ਨਾਨਕ ਦੇ ਚ ਇੰਨੇ ਕੁ ਭਿੱਜੇ ਹੋਏ ਆ, ਮੂੰਹ ਚ ਨਾ ਸਿਮਰਨ ਚੱਲਦਾ ਉਹਨਾਂ ਦੇ, ਸਿਮਰਨ ਚੱਲੀ ਜਾ ਰਿਹਾ ਚੱਲੀ ਜਾ ਰਿਹਾ। ਕੁਛ ਨਾ ਕੁਛ ਇਹ ਨਹੀਂ ਹੁਣ ਭਾਈ ਕਿਆ ਜਾਪ ਕਰਦੇ ਕਰਦੇ ਹਰੇਕ ਹਰੇਕ ਰੰਗ ਆ ਮਹਾਰਾਜ ਇੱਥੇ, ਮਹਾਰਾਜ ਦੇ ਨਹੀਂ ਜਿਹੜੇ ਇੱਥੇ ਦੁਨੀਆ ਦੇ ਰੰਗ ਆ ਜਿਹੜੇ ਅਲੱਗ ਅਲੱਗ ਆਏ। ਕੁਝ ਤਾਂ ਇੱਥੇ ਪਾਕਿਸਤਾਨ ਦੀ ਸੈਰ ਪਰ ਆਏ ਹੋਏ ਆ, ਕੁਝ ਗੁਰਦੁਆਰਾ ਮੈਂ ਦਰਸ਼ਨਾਂ ਪਰ ਆਏ ਹੋਏ ਆ, ਹੁਣ ਸਾਡੇ ਵਰਗੇ ਭਾਈ ਵੀਡੀਓ ਬਣਾਉਣ ਆਏ। ਪਰ ਵੀਡੀਓ ਨਹੀਂ ਭਾਈ, ਮਹਾਰਾਜ ਨੇ ਸੇਵਾ ਲਾਈ ਹੈ, ਉਹ ਸੇਵਾ ਨੂੰ ਆਪਾਂ ਨਿਭਾ ਰਹੇ, ਦਿਲੋਂ ਨਿਭਾ ਰਹੇ, ਪੂਰਾ ਕਵਰ ਕਰਕੇ ਦਿਖਾ ਰਹੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਯਾਦਗਾਰ ਬਣ ਜਾਵੇ, ਇੱਕ ਇਨਫੋਰਮੇਸ਼ਨ ਚਲੀ ਜਾਵੇ ਲੋਕਾਂ ਅੱਗੇ। ਲਓ ਜੀ, ਸਾਡੀ ਬਠਿੰਡੇ ਵਾਲੀ ਸਿੰਘਣੀ ਬਹੁਤ ਫੇਮਸ ਹੋ ਗਈ ਹੈ, ਦੇਖੀ ਭਾਈ ਮਾੜੀ ਦੇ ਐਕਸ਼ਨ, ਉੱਧਰ ਕੈਮਰਾ ਖੜਾ ਐਕਸ਼ਨ ਆ ਜਾ, ਹਾਂ ਪਛਾੜ ਜੇ ਆ ਗਈ ਸਿੰਘਣੀ, ਲਓ ਬਾਈ ਸ਼ੋਟ ਆ ਗਿਆ ਬਾਈ, ਬਹੁਤ ਬੜਾ ਹੀਰਾ ਸ਼ੋਟ ਆਇਆ ਬਈ, ਬਹੁਤ ਆਲਾ ਖਰਾਬ ਹੋ ਗਿਆ, ਅੱਗੇ ਚੱਲ ਉਹ ਤੇ ਬਾਈ, ਵਾਹ ਬਾਈ ਵਾਹ। ਹਾਂ ਕੱਲ ਸੀਐਮ ਬਣੀ ਹੋਈ ਸੀ, ਅੱਜ ਸਿੰਘਣੀ ਬਣੀ ਹੋਈ ਹੈ, ਵਾਪਸ ਆ ਗਈ ਬਈ, ਵਾਹ ਬਾਈ ਵਾਹ। ਪਾਕਿਸਤਾਨੀ ਪੂਰਾ ਮਜ਼ਾ ਲੈ ਰਿਹਾ ਬਈ, ਹੈ ਨਾ ਬਾਈ, ਮੁੜੇ ਆ ਕੇ ਕੀ ਚੱਕਰ ਹੋ ਗਿਆ ਹੁਣ, ਥੱਕ ਗਈ ਦੇਖ ਲਓ, ਮੁੰਡਾ ਤਾਂ ਸੋਹਣਾ, ਦਿਲ ਕਰਾ ਦੇ ਰਿਸ਼ਤਾ ਕਰਾ ਦਿੰਦੇ ਆ, ਫਿਰ ਤਾਂ ਗੱਲ ਕਹਾ ਤੋਰੀਏ, ਮੁੰਡਾ ਮੁੰਡਾ ਆਈ ਖੜਾ ਇੱਧਰ, ਮੁੰਡਾ ਖੜਾ ਸਾਹਮਣੇ, ਹਿੰਦੀ ਮੈਂ ਗੱਲਬਾਤ ਹੈ ਤਾਂ ਪੰਜਾਬੀ ਹੈ ਸਿੱਖ ਹੈ, ਬਸ ਸਾਡੇ ਵੀ ਤਾਂ ਮੁੰਡਾ ਸਿੱਖ ਹੈ, ਦੇਖ ਲਓ ਅਸੀਂ ਇੰਡੀਆ ਤੋਂ ਬਰਾਤ ਲੈ ਕੇ ਆਵਾਂਗੇ ਤੁਹਾਡੇ ਕੋਲ। ਵਾਪਸ ਆ ਗਏ ਫਿਰ ਰੇਲਵੇ ਸਟੇਸ਼ਨ ਪਰ, ਹੁਣ ਇੱਥੋਂ ਜਾਵਾਂਗੇ ਲਾਹੌਰ, ਲਾਹੌਰ ਫਿਰ ਆਜ਼ਾਦੀ ਹੋ ਗਈ ਘੁੰਮਣ ਫਿਰਨ ਦੀ, ਲਾਹੌਰ ਲਾਹੌਰ ਜਾ ਕੇ ਛੱਡ ਦੇਣਾ ਹੁਣ ਇਹਨਾਂ ਨੇ, ਆਪਣਾ ਘੁੰਮੋ ਫਿਰੋ ਖੇਲੋ ਮੇਲੋ ਜੋ ਤੁਹਾਡਾ ਚੇਤਾ ਹੁੰਦਾ ਉਹ ਕਰੋ। ਟ੍ਰੇਨ ਕਿੱਧਰ, ਟ੍ਰੇਨ ਕਿੱਧਰ ਕਰਤੀ, ਉਹ ਖੜੀ ਅੱਗੇ, ਲੈ ਇਹਨੂੰ ਪਿੱਛੇ ਲੈ, ਇੰਜਣ ਲਾ ਕੇ ਪਿੱਛੋਂ ਲੈ ਕੇ ਆਊਂਗਾ ਮੈਨੂੰ ਲੱਗਦਾ ਹੁਣ, ਟ੍ਰੇਨ ਆ ਰਹੀ ਜੀ ਪਿੱਛੇ ਨੂੰ, ਅਤੇ ਸਾਰੇ ਖੜ੍ਹ ਗਏ ਇੱਧਰ ਉੱਧਰ ਹੋ ਕੇ ਚੜ੍ਹਨ ਵਾਸਤੇ, ਉੱਥੇ ਖੜ੍ਹ ਗਈ ਅਸੀਂ ਨਾ ਥੋੜ੍ਹਾ ਜਿਹਾ ਦਿਮਾਗ ਲਾਇਆ, ਪਰਲੇ ਪਾਸੇ ਸਾਰੀ ਸੰਗਤ ਜਾ ਰਹੀ ਆ, ਉਹ ਦੇਖੋ ਥੱਲੇ ਨੂੰ, ਇਹ ਸਾਡ ਕੋਈ ਨਹੀਂ ਤਾਂ ਹੈਗਾ, ਇੱਧਰ ਨੂੰ ਸਿਰਫ ਸਾਡੇ ਹੀ ਬੰਦੇ ਆ ਰਹੇ ਆ, ਇਹ ਹੁੰਦਾ ਥੋੜ੍ਹਾ ਜਿਹਾ ਦਿਮਾਗ ਨਾਲ ਲਾਉਣਾ ਪੈਂਦਾ। ਆ ਜਾਓ, ਚਾਰ ਨੰਬਰ ਆ ਗਈ, ਲਓ ਜੀ ਸੰਗਤ ਆ ਰਹੀਆਂ ਨੇ, ਲਾਈਨਾਂ ਲੱਗੀਆਂ ਹੋਈਆਂ ਨੇ, ਆ ਗਏ ਆ ਗਏ, ਹਾਂਜੀ ਹਾਂਜੀ ਹੋ ਗਿਆ ਚਾਰਜ, ਉਹ ਹਾਂਜੀ ਭਾਜੀ ਅੰਮ੍ਰਿਤਸਰ ਵਾਲੇ ਹੋ, ਉਹਦੇ ਪਿੱਛੇ ਅੰਮ੍ਰਿਤਸਰ ਵਾਲੇ ਹੋ, ਸਿੰਗਾਪੁਰ ਵਾਲੇ ਹੋ, ਹੈਲੋ ਬੁਲਾਏ ਬੜਾ ਜਿਹਾ, ਗੱਲਾਂ ਕਰੋ ਗੱਲਾਂ 'ਚ ਮਸਤ ਹੈ, ਆਜੋ ਵੀ ਆਜੋ ਪਿੱਛੇ ਰਹਿ ਗਏ, ਛੇਤੀ ਆਜੋ ਟ੍ਰੇਨ ਚੱਲੀ, ਲੇਟ ਹੋ ਗਿਆ ਤੁਸੀਂ, ਤੁਹਾਡੇ ਘਰੇ ਟ੍ਰੇਨ ਖੜਾਈ ਹੋਈ ਅਸੀਂ ਕਦੀ, ਛੇਤੀ ਤੁਹਾਡੇ ਘਰੇ ਖੜਾਈ ਹੋਈ ਅਸੀਂ ਟ੍ਰੇਨ, ਹਾਂ
ਟ੍ਰੇਨ ਕ੍ਰੋਸ ਕਰਾਈ ਤੇ ਟ੍ਰੇਨ ਚੱਲ ਪਈ। ਕੋਈ ਬੰਦਾ ਰਹਿ ਗਿਆ ਇੱਕ, ਸਾਡਾ ਵੀ ਇੱਕ ਰਹਿੰਦਾ, ਤੁਹਾਡਾ ਬੰਦਾ ਰਹਿੰਦਾ ਇੱਕ, ਸਾਡਾ ਵੀ ਇੱਕ ਬੰਦਾ ਰਹਿ ਗਿਆ, ਅਸੀਂ ਕੀ ਕਰਾਂਗੇ, ਛੱਡ ਦਿਓ ਅੱਧੀ ਕੋਈ ਗੱਲ ਨੀ, ਆ ਜਾਓ ਭਾਜੀ ਜਾਣਾ ਨੀ, ਜਾਣਾ ਨੀ ਹੈ, ਅਲੀ ਭਾਜੀ ਤੋਰ ਤੋਂ ਗੱਡੀ ਹੁਣ ਬਸ ਠੀਕ ਹੈ ਠੀਕ ਹੈ ਠੀਕ ਹੈ, ਤੋਰੋ ਤੋਰੋ ਹੁਣ ਜਨਾਬ, ਬਸ ਪਾਦੇ ਟੈਨਸ਼ਨ ਨਾ ਲਓ ਤੁਸੀਂ। ਹਾਂ ਪਾਕਿਸਤਾਨੀ ਭਰਾ ਬਹੁਤ ਸਾਡੇ ਵਾਲੇ ਡੱਬੇ ਵਿੱਚ ਆ, ਬਹੁਤ ਪ੍ਰੇਮ ਸਤਿਕਾਰ ਦਿੱਤਾ ਸਾਰਿਆਂ ਨੇ, ਧੰਨਵਾਦ ਤੁਹਾਡੇ ਸਾਰਿਆਂ ਦਾ। ਬਹੁਤ ਰਹਿ ਗਏ 4-5 ਘੰਟੇ ਤਾਂ ਆਪਾਂ ਫਿਰ ਵਿਛੜ ਜਾਣਾ, ਫਿਰ ਅਗਲੇ ਸਾਲ ਕਿਤੇ ਨਹੀਂ ਨਹੀਂ ਹੁਣ ਨਹੀਂ ਆਉਣਾ, ਇਹ ਤੋਂ ਬਾਅਦ ਖਤਮ ਹੈ ਡਿਊਟੀ ਤੁਹਾਡੀ, ਮੈਂ ਹੁਣ ਵਿਦਾ ਹੋ ਜਾਣਾ ਆਪਾਂ ਨੇ, ਫਿਰ ਬਸ ਠੀਕ ਆ, ਫਿਰ ਜੱਫੀਆਂ ਪਾ ਕੇ ਮਿਲਦੇ ਹਾਂ ਥੱਲੇ ਜਾ ਕੇ। ਚੱਲ ਵੀ ਜੀ ਟ੍ਰੇਨ ਲਾਹੌਰ ਵੱਲ ਨੂੰ, ਸ਼ੁਕਰੀਆ ਬਾਈ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਲਾਂਗਾ ਜੀ ਅਗਲੇ ਸਾਲ ਜੀ 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 ਜੀ। ਹਾਂਜੀ ਸ਼ੁਰੂ ਤੋਂ, ਹਾਂਜੀ ਹਾਂਜੀ, ਹਾਂਜੀ ਪੂਰੇ ਜੀ ਪੂਰੇ, ਠੀਕ ਹੈ ਜੀ, ਕਿਉਂ ਨੀ ਵਧਾਉਣਾ, ਕਹਿਣ ਦੇ ਭਾਵ ਦੋ ਵਿਆਹ ਕਰਾ ਲਈਏ, ਬਹੁਤ ਸ਼ੁਕਰਗੁਜ਼ਾਰ ਨੇ ਭਾਅ ਹੋਣੀ, ਸ਼ੁਕਰੀਆ ਬਾਈ। ਬੰਦਾ ਕਿੱਦਾਂ ਲੱਭਿਆ, ਇੱਕ ਬੰਦਾ ਖੋ ਗਿਆ, ਲੱਭ ਗਿਆ ਲੱਭ ਗਿਆ ਲੱਭ ਗਿਆ, ਇੱਕ ਬੰਦਾ ਖੋ ਗਿਆ ਤਾਂ ਲੱਭ ਗਿਆ ਲੱਭ ਗਿਆ ਲੱਭ ਗਿਆ, ਬੰਦਾ ਖੋ ਗਿਆ ਤਾਂ ਲੱਭ ਗਿਆ, ਹਾਂ ਲੱਭਿਆ, ਕਿੱਦਾਂ ਲੱਗਿਆ ਹੋ ਸਿੱਧਾ ਜੀ, ਇੱਕ ਬੰਦਾ ਘੱਟ ਗਿਆ ਤਾਂ ਵਿੱਚ, ਸ਼ੁਕਰੀਆ ਜੀ ਸ਼ੁਕਰੀਆ ਬਾਈ ਸ਼ੁਕਰੀਆ। ਸ਼ੁਕਰੀਆ ਜਨਾਬ ਬਹੁਤ ਬਹੁਤ, ਲਓ ਜੀ ਲਾਹੌਰ ਪੁੱਜ ਗਏ ਜੀ, ਲਾਹੌਰ ਕੁਛ ਟਾਈਮ ਤੱਕ ਸਟੇਸ਼ਨ ਤੇ ਪੁੱਜ ਜਾਣੀ ਆਪਣੀ ਗੱਡੀ, ਲਾਹੌਰ ਸ਼ਹਿਰ ਆ ਗਿਆ ਵੀ ਲਾਹੌਰ ਵਾਲੇ, ਉਹ ਟਰੱਕ ਦੀ ਵੀਡੀਓ ਬਣਾਵਾਂਗੇ, ਅੱਜ ਕਿੰਨੇ ਸੋਹਣੇ ਸਜਾ ਕੇ ਰੱਖਦੇ ਟਰੱਕ, ਇਹ ਬਣਾਵਾਂਗੇ ਬੜੀਆਂ ਚੀਜ਼ਾਂ ਦਿਮਾਗ ਦੇ ਵਿੱਚ, ਹੁਣ ਪਤਾ ਲੱਗਿਆ ਵੀ ਲਾਹੌਰ ਪੁੱਜ ਗਏ ਹਾਂ ਟਰੱਕ ਦੇਖ ਦੇਖ ਕੇ। ਸ਼ੁਕਰੀਆ ਬਾਈ ਸ਼ੁਕਰੀਆ, ਆਹ ਲਾਸਟ ਵਾਰੀ ਹੁਣ ਆਪਾਂ ਲਾਸਟ ਆਉਣਾ ਆਪਣੇ, ਫਿਰ ਤਾਂ ਨਹੀਂ ਮਿਲਣਾ, ਮਿਲਾਂਗੇ ਮਿਲਾਂਗੇ ਜ਼ਰੂਰ 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 ਜ਼ਰੂਰ।
ਹੁਣ ਇੱਕ ਦੋ ਦਿਨ ਲਾਹੌਰੇ ਘੁੰਮਣਾ, ਲਾਹੌਰੇ ਦੇਖਣਾ ਇੱਥੇ ਸਮਾਨ ਲੈ ਕੇ ਆਣਾ, ਕਿਸੇ ਦਾ ਸਮਾਨ ਨਾ ਲਿਆਣਾ ਨਾ ਜੀ ਨਾ, ਆਪਣੇ ਆਪਣਾ ਆਪਣਾ ਆਪਣੇ ਲੈ ਕੇ ਆਵਾਂਗੇ। ਬਹੁਤ ਪੁਰਾਣੇ ਸਾਥ ਦਿੱਤਾ, ਹੁਣ ਪਿਛੜੇ ਆ, ਫਿਰ ਮਤਲਬ ਦੇਖਿਆ ਕਦੇ ਮਿਲਦੇ ਆ। ਸਾਰੇ ਸੰਗਤਾਂ ਖੜ੍ਹੀਆਂ ਅੱਗੇ ਪੁੱਜ ਗਏ ਜੀ ਗੁਰਦੁਆਰਾ ਡੇਰਾ ਸਾਹਿਬ ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ ਲਾਹੌਰ। ਉਹ ਲਿਖਿਆ ਸਾਹਮਣੇ, ਲਓ ਜੀ ਪੁੱਜ ਗਏ ਹਾਂ ਜੀ ਗੁਰਦੁਆਰਾ ਸਾਹਿਬ। ਸਵੇਰੇ 6 ਵਜੇ ਤੋਂ ਉੱਠ ਲੱਗੇ ਹੋਏ ਲਾਈਨ ਦੇ ਵਿੱਚ। ਚੱਲ ਭਾਈ ਦੇਖੇ ਕਿਧਰ ਅੱਗੇ ਜਾ ਕੇ, ਹੁਣ ਸਾਡੇ ਘਰ ਦੇ ਕਿੱਥੇ ਖੜ੍ਹੇ ਆ, ਆਹ ਖੜ੍ਹੇ ਇੱਧਰ। ਬਾਕੀ ਹੁਣ ਦਰਸ਼ਨ ਕੱਲ੍ਹ ਨੂੰ ਕਰਾਵਾਂਗੇ, ਬਹੁਤ ਥੱਕ ਗਏ ਹਾਂ। ਸਵੇਰੇ ਜਦੋਂ ਜਾਣਾ ਹੁੰਦਾ ਨਾ ਕਿਤੇ, ਐਂ ਹੋਕਾ ਐਂ ਵੱਜਿਆ ਹੁੰਦਾ ਵੀ ਪਹਿਲੀ ਟ੍ਰੇਨ 6 ਵਜੇ, ਦੂਜੀ ਟ੍ਰੇਨ 7 ਵਜੇ, ਬਾਕੀ 8 ਵਜੇ, ਉਹ ਫਿਰ ਨੀਂਦ ਆਉਂਦੀ ਨਹੀਂ ਹੈਗੀ। ਕਦੇ 4 ਵਜੇ ਅਲਾਰਮ ਦੇਖ ਲਵਾਂ, ਕਦੇ 5 ਵਜੇ ਦੇਖ ਲਵਾਂ, ਬਹੁਤ ਥੱਕੇ ਹੋਏ ਹਾਂ। ਬਟ ਚਲੋ ਚੱਲ, ਹੁਣ ਵੀ ਨਾ ਐਂ ਲੱਗਦਾ ਵੀ ਅੱਖਾਂ ਹੀ ਮੱਚਦੇ ਨਾ ਵੀ ਟ੍ਰੇਨ 'ਚ ਜਾ ਰਹੇ ਹਾਂ, ਕੁਛ 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 ਕਰਦੇ। ਅਤੇ ਹੁਣ ਕਰੀਏ ਰੈਸਟ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਧੰਨਵਾਦ। ਇਹ ਨਹੀਂ ਪਤਾ ਇੱਕੋ ਜਿਹੇ ਬਲੌਗ ਆਈ ਰਹੇ ਜਾਈ ਜਾ ਰਹੇ ਆ, ਬਸ ਤੁਸੀਂ ਦੇਖੋ, ਦਰਸ਼ਨ ਕਰੋ ਅਤੇ ਸਫ਼ਰ ਇੰਜੋਏ ਕਰੋ। ਅਤੇ ਹੁਣ ਅਸੀਂ ਆਏ ਹੋਏ ਲਾਹੌਰ, ਲਾਹੌਰ ਦੇ ਹੁਣ ਬਲੌਗ ਦਿਖਾਵਾਂਗੇ, ਸਾਰੀ ਚੀਜ਼ਾਂ ਦਿਖਾਵਾਂਗੇ, ਜੋ ਜੋ ਦਿਮਾਗ 'ਚ ਆਈਡੀਆ ਹੈਗੇ ਆ ਉਹ ਬਣਾਵਾਂਗੇ। ਧੰਨਵਾਦ ਜੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰੋ ਲਾਹੌਰ ਵਾਲੇ, ਆਪਣਾ ਲਾਹੌਰ ਵਾਲੇ ਨਹੀਂ ਪੂਰੇ ਪਾਕਿਸਤਾਨ ਵਾਲੇ ਕਮੈਂਟ ਕਰੋ, ਦੇਖਦੇ ਕਿੰਨੇ ਕੁ ਪਾਕਿਸਤਾਨ ਵਾਲੀ ਸਾਈਡ ਤੋਂ ਕਮੈਂਟ ਆਉਂਦੇ ਆ। ਧੰਨਵਾਦ ਜੀ।